ਜਿੱਥੇ ਆਮ ਲੋਕ ਪੰਜਾਬ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਆਰੋਪ ਅਕਸਰ ਲਗਾਉਂਦੇ ਰਹਿੰਦੇ ਨੇ, ਉੱਥੇ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਪਣੇ ਹੀ ਅਧਿਕਾਰੀਆਂ ਤੇ ਕੋਈ ਕਾਰਵਾਈ ਨਾ ਕਰਨ ਦੇ ਆਰੋਪ ਲਗਾਏ ਨੇ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੇ ਜਾਣ ਤੇ ਵੀ ਕਾਰਵਾਈ ਨਾ ਹੋਣ ਦੇ ਚੱਲਦਿਆਂ ਫਾਜ਼ਿਲਕਾ ਦੇ SSP ਆਫਿਸ 'ਚ ਬਤੌਰ ਹੈੱਡ ਕਲਰਕ ਤੈਨਾਤ ਹੈੱਡ ਕਾਂਸਟੇਬਲ ਗੁਰਮੀਤ ਸਿੰਘ ਜਦ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ 5 ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ ਇਹ 5 ਆਰੋਪੀ ਵੱਡੇ ਗੈਂਗਸਟਾਰ ਨੇ ਤੇ ਜਿਸ ਦੀ ਉਸਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ, ਪਰ ਪੁਲਿਸ ਵੱਲੋਂ ਸਹੀ ਕਾਰਵਾਈ ਨਾ ਕੀਤੇ ਜਾਣ ਦੇ ਚੱਲਦਿਆਂ ਇਹਨਾਂ ਨੂੰ ਛੱਡ ਦਿੱਤਾ ਗਿਆ ਸੀ। ਅੱਜ ਮੈਂ ਡਿਊਟੀ 5 ਵਜੇ ਦਫ਼ਤਰੋਂ ਨਿਕਲਿਆ, ਮੈਂ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ 5 ਜਣੇ 4 ਜਣੇ ਕਿਕਰਾਂ ਲੁਕੇ ਖੜੇ ਸੀ ਇੱਕ ਜਣਾ ਸਾਹਮਣੇ। ਮੈਨੂੰ ਤਾਂ ਕੋਈ ਉਮੀਦ ਨਹੀਂ ਸੀ, ਕੋਈ ਵਜ੍ਹਾ ਰੰਜਿਸ਼ ਕੋਈ ਇੰਨੇ ਇਹ ਨਹੀਂ ਪਤਾ ਸੀ ਇਹ ਹਮਲਾ ਕਰ ਦੇਣਗੇ। ਉਹ ਮੈਨੂੰ ਹੱਥ ਦੇ ਕੇ ਰੋਕਿਆ, ਚਾਚਾ ਗੱਲ ਸੁਣੀ, ਮੈਂ ਮੋਟਰਸਾਈਕਲ ਰੋਕ ਲਿਆ ਉਹ ਉੱਤਰਦੇ ਹੀ ਤੇ ਇੱਕ ਨੇ ਉਹ ਜਿਹੜਾ ਰੋਕ ਕੇ ਮੈਨੂੰ ਕਹਿੰਦਾ ਚਾਚਾ ਆ ਕੇ ਤੂੰ SSP ਕੋਲ ਇਹ ਗੱਲ ਆਖੀ ਹੈ। ਮੈਂ ਕਿਹਾ ਬੱਲਿਆ ਕੋਈ ਗੱਲ ਦੱਸੋ ਗੱਲ ਕੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਗੱਲ ਦੀ। ਦੂਜੇ ਨੇ ਮੇਰੇ ਨਾਲ ਹਮਲਾ ਕਰਤਾ, ਡਾਂਗਾ ਸੀਗੀਆਂ 4 ਜਣਿਆਂ ਕੋਲ, 1 ਜਣੇ ਕੋਲ ਕਾਪਾ ਸੀਗਾ, ਉਹਨਾਂ ਨੇ ਮੇਰੇ 'ਤੇ ਹਮਲਾ ਕਰਤਾ। ਮੈਂ ਉੱਥੋਂ ਜਿਹੜਾ ਸੀਗਾ ਖਾਲੀ ਹੱਥ ਸੀਗਾ, ਮੇਰੇ ਕੋਲ ਕੋਈ ਹਥਿਆਰ ਤਾਂ ਹੈ ਨਹੀਂ ਸੀਗਾ। ਇੱਕ ਸਰਦਾਰ ਗੁਰਮੀਤ ਸਿੰਘ ਜੀ ਸਨ, ਉਹ ਬਲਵਿੰਦਰ ਸਿੰਘ 49 ਸਾਲ ਦੇ ਜੱਟ ਸਿੱਖ ਰਹਿਣ ਵਾਲੇ ਜੰਡ ਵਾਲਾ ਖਰਤਾ ਦੇ, ਐਸ ਪਰ ਉਹਨਾਂ ਦੇ ਬਿਆਨ ਦੀ ਉਹ SSP ਦਫ਼ਤਰ ਲੱਗੇ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਅਤੇ ਉਹ ਵਨ ਵਾਲਾ ਤੋਂ ਜੰਡ ਵਾਲਾ ਜਾ ਰਹੇ ਸੀ ਅਤੇ ਰਸਤੇ 'ਚ ਕੋਈ ਉਹਨਾਂ 'ਤੇ ਕੋਈ 4-5 ਬੰਦਿਆਂ ਨੇ ਉਹਨਾਂ ਦੇ ਵਾਰਦਾਤ ਹੋਈ ਹੈ ਅਤੇ ਆਪਾਂ ਉਹਨਾਂ ਦੀ ਸੱਟਾਂ ਨੋਟ ਕਰਕੇ ਉਹਨਾਂ ਨੂੰ ਐਡਮਿਟ ਕਰ ਲਿਆ, ਬਾਕੀ ਸੱਟਾਂ ਐਕਸਰੇ ਅੰਡਰ ਰੱਖੀਆਂ ਨੇ, ਜਿਹੜਾ ਕੁਛ ਵੀ ਹੋਏਗਾ ਫਿਰ ਦੱਸ ਦਿੰਦੇ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।